ਸੋ ਪੰਜਾਬ ਨੂੰ ਲੈ ਕੇ ਜਾਂ ਬਾਹਰ ਜਾਣ ਦਾ ਕਰੇਜ਼ ਜਿਹੜਾ ਬੱਚਿਆਂ ਦੇ ਵਿੱਚ ਹੈ, ਜਿਸ ਦੇ ਵਿੱਚ ਬੜੀਆਂ ਜਾਨਾਂ ਵੀ ਜਾਂਦੀਆਂ ਨੇ ਭਾਵੇਂ ਬਾਹਰ ਜਾ ਕੇ ਭਾਵੇਂ ਇੱਥੇ, ਬਹੁਤ ਕੁਛ ਹੈ ਜਿਹੜਾ ਪੱਖ ਅਸਲ ਦੇ ਵਿੱਚ ਜੋ ਚੱਲ ਰਿਹਾ ਪੰਜਾਬ ਜਾਂ ਪੰਜਾਬ ਦੇ ਜਿਹੜੀ ਜਵਾਨੀ ਚੱਲ ਰਹੀ ਹੈ ਇਹ ਉਹ ਪਾਰਟ ਆ। ਜੇ ਮੈਨੂੰ ਲੱਗਦਾ ਦਿੱਕਤ ਹੁਣ ਆਊਗੀ ਅੱਗੇ ਅੱਗੇ ਉਹ ਸਿਰਫ ਬਜਟ ਵਾਈਜ਼ ਆ ਸਕਦੀ ਹੈ। ਤੁਹਾਨੂੰ ਚੈੱਕ ਮਿਲ ਗਿਆ ਹੁਣ? ਸਾਡਾ ਚੈੱਕ ਚੁੱਕ ਵਾਲਾ ਹਿਸਾਬ ਹੀ ਨਹੀਂ ਹੈਗਾ। ਕੈਸ਼ ਤਾਂ ਹੀ ਆ, ਬੈਗੀ ਜੈਕਟ ਪਾ ਕੇ ਆਏ ਨੇ, ਥੱਦੀਆਂ ਜਾਣਗੀਆਂ ਹੈ ਅਜੇ ਪੈਸੇ ਕਮਾਉਣ ਵਾਲੀ। ਜਦੋਂ ਸਾਰਾ ਬਣ ਕੇ ਰੈਡੀ ਹੋ ਗਿਆ ਭਾਜੀ ਰਹਿਣ ਦੋ, ਇਹ ਤੇ ਤੁਸੀਂ ਇੰਨਾ ਸਿਆਣਾ ਜਿਹਾ ਜਵਾਬ ਦੇਣ ਦੀ ਕੋਸ਼ਿਸ਼ ਕਰ ਰਹੇ ਹੋ ਨਾ ਕਿ ਨਹੀਂ। ਇਹ ਕੈਨੇਡਾ ਲਈ ਸਪੈਸ਼ਲ ਹੈ, ਇਹਦੇ ਲਈ ਤਾਂ 6C ਚ ਰੱਖਿਆ ਹੋਇਆ ਵੀ ਇਹ ਥੋੜਾ ਜਿਹਨਾਂ ਨੂੰ ਪਤਾ ਉਹ ਇਹ ਵੀ ਰਿਲੇਟ ਕਰਨ ਵੀ ਹਾਂ ਕੈਨੇਡਾ ਨਾਲ ਰਿਲੇਟ ਸਟੋਰੀ ਹੈ। ਪਰ ਪਿੰਡ 'ਚ ਸ਼ੂਟ ਕਰਨ ਦੇ 3 ਵੱਡੇ ਫਾਇਦੇ ਤੁਸੀਂ ਕੀ ਮਹਿਸੂਸ ਕਰਦੇ ਹੋ? ਪਿੰਡ ਦਾ ਆਂਢ ਗੁਆਂਢ ਜਿਹੜਾ ਬਾਕੀ ਪਿੰਡ ਆ ਉਹ ਵੀ ਸਾਥ ਦਿੰਦਾ, ਜੇ ਮਤਲਬ ਕੋਈ ਐਮਰਜੈਂਸੀ ਜਾਂ ਕੋਈ ਇੱਕ ਰਿਕੁਆਇਰਮੈਂਟ ਕੋਈ ਹੈ ਨਾ ਚੀਜ਼ ਦੀ ਪੈ ਗਈ, ਜੇ ਮਤਲਬ ਜਿਹੜੀ ਪ੍ਰੋਡਕਸ਼ਨ ਨੇ ਜਾਂ ਲਿਆਂਦੀ ਹੋਈ ਸੀ ਉਹ ਕੋਈ ਡੈਮੇਜ ਹੋ ਗਈ ਜਾਂ ਕੁਛ ਵੀ ਹੈ ਤਾਂ ਉਹਦਾ ਅਲਟਰਨੇਟ ਲੈਣਾ ਤਾਂ ਇੱਥੋਂ ਆਮ ਆਪਾਂ ਨੂੰ ਘਰਾਂ ਦੇ ਵਿੱਚ ਮਿਲ ਜਾਂਦਾ ਹੀ ਸੀ। ਪਿੰਡਾਂ ਦੀ ਆਪਾਂ ਠੰਡ ਦੇਖਣੀ ਹੁੰਦੀ ਆ, ਥੋੜਾ ਧੁੰਦ ਦੇ ਵਿੱਚ ਆਪਾਂ ਦੇਖਦੇ ਹਾਂ ਖੇਤ ਹੋ ਗਏ, ਇਹ ਚੀਜ਼ਾਂ ਬਹੁਤ ਸੋਹਣੀਆਂ ਨੇ। ਮੈਨੂੰ ਵੀ ਇਹ ਲੱਗਦਾ ਸੀ ਵੀ ਪਤਾ ਨਹੀਂ ਕਿੱਦਾਂ ਹੈ ਨਾ ਕੀ ਹੋਊਗਾ, ਬਟ ਉਹ ਇੰਨਾ ਕੁ ਜ਼ਿਆਦਾ ਈਜ਼ੀ ਹੁੰਦਾ ਨਾ ਮਾਹੌਲ, ਅਤੇ ਉਹ ਮੈਨੂੰ ਐਂ ਲੱਗਦਾ ਹੀ ਨਹੀਂ ਹੈਗਾ ਵੀ ਮੈਂ ਉਹਨਾਂ ਨਾਲ ਪਹਿਲੀ ਵਾਰ ਕੰਮ ਕਰ ਰਿਹਾ। ਹਰਦੀਪ ਬਾਈ ਨਾਲ ਤਾਂ ਚਲੋ ਹੈਗਾ ਹੀ ਆ ਅਸੀਂ ਕੰਫਰਟੇਬਲ ਹਾਂ, ਬਟ ਉਹੀ ਆ ਵੀ ਇਹਦੇ ਵਿੱਚ ਹਰਦੀਪ ਬਾਈ ਨਾਲ ਤਾਂ ਸੀਨ ਬਹੁਤ ਘੱਟ। ਕਿੰਨਾ ਕੁ ਪਿਆਰ ਭਾਜੀ ਇਹਦੇ ਨਾਲ ਪੈ ਗਿਆ ਅਤੇ ਕਿੰਨੀ ਕੁ ਵਾਰੀ ਦਿਨ 'ਚ ਬੋਲ ਲਿਆ ਹੁਣ ਤੱਕ? ਅੱਜ ਹੁਣ ਤੱਕ ਮਤਲਬ ਚੌਥਾ ਦਿਨ ਆ, ਦੇਖ ਲਓ ਚੌਥੇ ਦਿਨ ਦੇ ਵਿੱਚ ਦਿਹਾੜੀ ਦੇ ਵਿੱਚ ਹੋਏ ਜਾਂਦਾ 40-50 ਵਾਰ। ਅੱਛਾ, ਕੀ ਬਾਤ ਹੈ। ਹਾਂ, ਕਿਉਂਕਿ ਤੁਹਾਡੇ ਛੋਟੇ ਛੋਟੇ ਚੀਜ਼ਾਂ ਦੇ ਬਹੁਤ ਟੇਕਸ, ਮਤਲਬ ਰੇਟੇ, ਹਾਂ ਜਿੰਨੇ ਜਿੰਨੇ ਰੀਟੇਕਸ, ਮਤਲਬ ਟੋਟਲ ਜੇ ਆਪਾਂ ਇੱਕ ਸੀਨ ਫੜ ਕੇ ਚੱਲੀਏ ਤਾਂ ਉਹਦੇ 8-10 ਕਟਿੰਗ ਹੁੰਦੀਆਂ ਨੇ, ਉਹ 19 ਵਾਰ ਬੋਲਣਾ, ਤੇ ਫਿਰ ਜਿੰਨੇ ਸੀਨ ਫਿਰ ਉਹਦੇ 'ਚ ਮੋਂਟਾਜਿਸ ਹੁੰਦੇ ਨੇ, ਬਸ ਉਹ ਸਾਰੀ ਵਾਰ ਚੱਲਣਾ, ਮਤਲਬ 40-50 ਵਾਰ ਹੋ ਜਾਂਦਾ। ਇਹਨਾਂ ਤੋਂ ਤੁਹਾਨੂੰ ਪਤਾ ਲੱਗ ਹੀ ਗਿਆ ਕਿ ਅਸੀਂ ਸ਼ੂਟ ਬਾਰੇ ਗੱਲ ਕਰ ਰਹੇ ਹਾਂ, ਸੋ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਰਿਆਂ ਦਾ। ਗੈਰੀ ਵੀਰਾ ਸਾਡੇ ਨਾਲ ਹੈ ਐਂਡ 6 Each ਫਿਲਮ ਜਿਹੜੀ ਹੈ ਉਹਦਾ ਸ਼ੂਟ ਸਟਾਰਟ ਹੋ ਚੁੱਕਿਆ, ਸੋ ਭਾਜੀ ਪਹਿਲਾਂ ਤਾਂ ਥੈਂਕ ਯੂ ਆਉਂਦੇ ਚਾਹ ਮਿਲੀ ਹੈ ਨਾ, ਅਤੇ ਦੂਜਾ ਥੈਂਕ ਯੂ ਕਿ ਪਿੰਡ ਦੀ ਅਤੇ ਸ਼ੂਟ ਦੀ ਲਾਈਫ ਜਦੋਂ ਇਕੱਠੀ ਵੇਖਣ ਨੂੰ ਮਿਲਦੀ ਹੈ ਅਤੇ ਬੜਾ ਆਨੰਦ ਜਿਹਾ ਆਉਂਦਾ ਉਦੋਂ। ਇੱਕ ਹੋਰ ਵੀ ਜਿਹੜੀ ਇਹ ਪਲੱਸ ਪੁਆਇੰਟ ਆ, ਵੈਸੇ ਅਸੀਂ ਸ਼ੂਟ ਪਹਿਲੀ ਵਾਰ ਵਿੰਟਰ ਦੇ ਵਿੱਚ ਕਰ ਰਹੇ ਹਾਂ ਖੁਦ, ਅਤੇ ਵੈਸੇ ਚਲੋ ਵਿੰਟਰ ਮੇਰਾ ਪਰਸਨਲ ਫੇਵਰੇਟ ਸੀਜ਼ਨ ਹੈ। ਕਿਉਂ? ਬੰਦਾ ਘੁੰਗੜਦਾ ਹੀ ਰਹਿੰਦਾ। ਮੇਰਾ ਉਲਟਾ, ਮੈਂ ਗਰਮੀ ਤੋਂ ਇਰੀਟੇਟ ਹੁੰਦਾ, ਮੈਂ ਮਤਲਬ ਠੰਡ ਦੇ ਵਿੱਚ ਉਹੀ ਆ, ਠੰਡ ਜਿੰਨੀ ਮਰਜ਼ੀ ਠੰਡ ਹੋਵੇ ਮੈਂ ਉਹ ਝੱਲ ਲੈਂਦਾ, ਪਰ ਮੈਨੂੰ ਗਰਮੀ ਨਹੀਂ ਚੱਲੀ ਜਾਂਦੀ। ਅੱਛਾ, ਅਤੇ ਇਸ ਵਾਰ ਮੈਂ ਇੱਕ ਉਹ ਪੱਖੋਂ ਵੀ ਥੋੜ੍ਹਾ ਰਿਲੈਕਸ ਆ ਵੀ ਹਾਂ ਠੰਡ ਆ, ਮਤਲਬ ਚਿੱਲ ਹੈ ਵੀ ਜਿਵੇਂ ਧੁੱਪਾਂ 'ਚ ਵੀ ਖੜ੍ਹ ਗਏ ਕਿਤੇ। ਅਤੇ ਵਿੰਟਰ ਦਾ ਪਿੰਡ ਦੇ ਨਾਲ ਬਹੁਤ ਵੱਡਾ ਇੱਕ ਹੁੰਦਾ ਨਹੀਂ ਵੀ ਲਿੰਕ ਹੈ, ਜਿਹੜਾ ਪਿੰਡਾਂ ਦੀ ਆਪਾਂ ਠੰਡ ਦੇਖਣੀ ਹੁੰਦੀ ਆ, ਥੋੜ੍ਹਾ ਧੁੰਦ ਦੇ ਵਿੱਚ ਆਪਾਂ ਦੇਖਦੇ ਹਾਂ ਖੇਤ ਹੋ ਗਏ, ਇਹ ਚੀਜ਼ਾਂ ਬਹੁਤ ਸੋਹਣੀਆਂ ਨੇ। ਰਾਈਟ, ਬਿਊਟੀ ਹੈ ਇੱਕ ਆਪਣੀ ਬਿਊਟੀ ਹੈ, ਯੈਸ। ਔਰ ਇਸ ਬਿਊਟੀ ਦੇ ਵਿੱਚ ਨਾ ਬਹੁਤ ਜ਼ਿਆਦਾ ਸਕੂਨ ਹੈ, ਕਿਉਂਕਿ ਦੇਖੋ ਅਸੀਂ ਫਲੈਟਸ ਦੇ ਵਿੱਚ ਜੇ ਰਹਿੰਦੇ, ਸ਼ਹਿਰਾਂ ਦੇ ਵਿੱਚ ਰਹਿੰਦੇ ਹਾਂ, ਅਸੀਂ ਇਕੱਲੇ ਵੀ ਰਹਿੰਦੇ ਹਾਂ ਫਿਰ ਵੀ ਸ਼ਾਂਤੀ ਵੱਢਦੀ ਹੈ ਕਈ ਵਾਰ, ਇੱਥੇ ਇੰਨਾ ਇੰਨੇ ਲੋਕ ਹੈ ਬਟ ਇਹ ਸ਼ਾਂਤੀ ਬੜੀ ਸਕੂਨ ਵਾਲੀ ਹੈ ਨਾ। ਤੁਹਾਨੂੰ ਭਾਜੀ ਇੱਦਾਂ ਆਪਾਂ ਕਹਿੰਦੇ ਹਾਂ ਵੀ ਖਾ ਪੀ ਕੇ ਘਿੱਲ ਚੜ੍ਹ ਜਾਂਦੀ, ਧੁੱਪੇ ਬਹਿ ਕੇ ਸੁਸਤੀ ਹੈ ਨਾ, ਇਸ ਮੌਸਮ 'ਚ ਪੜ੍ਹਨ ਨੂੰ ਦਿਲ ਨਹੀਂ ਸੀ ਕਰਦਾ, ਤੁਸੀਂ ਸ਼ੂਟ ਕਿੱਦਾਂ ਕਰ ਲੈਂਦੇ ਹੋ? ਉਹੀ ਦੱਸਿਆ ਤਾਂ ਹੈਗਾ ਵੀ ਮੇਰਾ ਪਰਸਨਲ ਹੈ, ਮੈਨੂੰ ਮੈਂ ਸਗੋਂ ਇਹ ਮੌਸਮ ਦੇ ਵਿੱਚ ਕੰਮ ਕਰਕੇ ਜ਼ਿਆਦਾ ਖੁਸ਼ ਹਾਂ। ਚਲੋ, ਇਹ ਵੀ ਗੱਲ ਵਧੀਆ ਹੈ। ਅੱਛਾ, ਇੱਕ ਚੀਜ਼ ਜ਼ਰੂਰ, ਜਦੋਂ 6 Each ਹੈ ਨਾ, 6 Each ਮਤਲਬ ਤੁਸੀਂ ਬੈਂਡਸ ਤੋਂ ਬੇਸਡ ਇਹ ਫਿਲਮ ਜਿਹੜੀ ਤੁਹਾਡੀ ਹੈਗੀ ਹੈ, ਬਟ ਬਾਈ ਜਦੋਂ ਤੁਸੀਂ ਪੋਸਟਰ ਸ਼ੇਅਰ ਕੀਤਾ ਹੈ, ਕਿੰਨੇ ਕੁ ਜਣਿਆਂ ਨੇ ਪੁੱਛਿਆ ਕਿ ਇਹਦਾ ਮਤਲਬ ਕੀ ਹੈ? ਕਾਫੀਆਂ ਦੇ ਆਏ ਵੈਸੇ ਵੀ 6 Each 6 Each, ਕਈਆਂ ਨੂੰ ਚਲੋ ਠੀਕ ਹੈ, ਕਹਿੰਦੇ ਵੀ ਇਹ ਥੋੜ੍ਹਾ ਆਏ ਵੀ ਹੁੰਦਾ ਨਹੀਂ ਕੁਐਸਚਨ, ਮਤਲਬ ਉਹ ਸੀਗਾ ਡਾਊਟ ਸੀਗਾ ਵੀ ਇਹ 6 Each ਤਾਂ ਬੈਂਡ ਹੁੰਦੇ ਨੇ
ਵੀ ਫਿਲਮ ਕੀ ਅਸਕੇ ਬਸ ਫਿਰ ਉਹੀ ਚੀਜ਼ ਆ ਉਹਦੇ ਨਾਲ ਰਿਲੇਟ ਕਰਦੀ ਆ। ਓਕੇ ਤੇ ਚਲੋ ਠੀਕ ਆ, ਕਈਆਂ ਨੂੰ ਕਲੀਅਰ ਨਹੀਂ ਸੀ, ਉਹਨਾਂ ਨੂੰ ਫਿਰ ਕਲੀਅਰ ਕੀਤਾ ਵੀ 6 ਈਚ ਇਹ ਮਤਲਬ ਕੈਨੇਡਾ ਲਈ ਸਪੈਸ਼ਲ ਜੀ। 6 ਈਚ ਬੈਂਡ ਜਿਹੜੇ ਨੇ ਜਦੋਂ ਇਧਰੋਂ ਸਟੱਡੀ ਵੀਜ਼ੇ ਤੇ ਜਾਂਦੇ ਨੇ ਇਹ ਕੈਨੇਡਾ ਲਈ ਸਪੈਸ਼ਲ ਆ, ਇਹਦੇ ਲਈ ਤਾਂ 6 ਈਚ ਰੱਖਿਆ ਹੋਇਆ ਵੀ ਇਹ ਥੋੜਾ ਜਿਨ੍ਹਾਂ ਨੂੰ ਪਤਾ ਉਹ ਇਹ ਵੀ ਰਿਲੇਟ ਕਰਨ ਵੀ ਹਾਂ ਕੈਨੇਡਾ ਨਾਲ ਰਿਲੇਟ ਸਟੋਰੀ ਆ। ਰਾਈਟ, ਤੁਸੀਂ ਨਹੀਂ ਟਰਾਈ ਕੀਤੇ ਬੈਂਡ ਵਗੈਰਾ ਲੈ ਕੇ ਬਾਹਰ ਜਾਣ ਦਾ? ਮੈਂ ਦੇਖੋ ਜਿਹੜੇ ਟਾਈਮ ਦੇ ਵਿੱਚ ਜਦੋਂ ਮਿਲਨਤ ਆਇਲਸ ਦਾ ਚੱਲਦਾ ਸੀਗਾ, ਸਟਾਰਟ ਹੀ ਹੋਇਆ ਸੀ, ਪਲੱਸ ਟੂ ਤੋਂ ਬਾਅਦ ਮੈਂ ਵੀ ਟਰਾਈ ਕੀਤਾ ਸੀ, ਹਾਂ, ਬਟ ਉਦੋਂ ਮੈਂ ਟਰਾਈ ਕੀਤਾ ਸੀਗਾ ਆਸਟ੍ਰੇਲੀਆ ਲਈ। ਓਕੇ, ਅਤੇ ਉਹ ਰਿਜੈਕਟ ਹੋ ਗਿਆ ਸੀ, ਬਸ ਇੱਕ ਵਾਰੀ ਟਰਾਈ ਕੀਤਾ ਸੀ ਮੇਰਾ, ਫਿਰ ਉਸ ਤੋਂ ਬਾਅਦ ਮੈਂ ਵੀ ਚਲੋ ਠੀਕ ਆ ਬਾਹਰ ਜਾਣਾ ਹੀ ਨਹੀਂ, ਮੇਰਾ ਇੱਧਰ ਸੀਗਾ ਇੰਟਰਸਟ, ਅਤੇ ਫਿਰ ਇਹਦੀ ਇੱਧਰ ਡਿਪਲੋਮਾ ਕੀਤਾ, ਫਿਰ ਆਪਾਂ ਲਾਈਨ ਹੀ ਚੇਂਜ ਕਰਤੇ ਵੀ ਨਹੀਂ ਇੱਧਰ ਹੀ ਕੰਮ ਕਰਨਾ। ਬਾਈ, ਇੱਕ ਚੀਜ਼ ਅਸੀਂ ਸਾਰੇ ਦੇਖਦੇ ਹਾਂ ਕਿ ਤੁਹਾਡੀ ਟੀਮ ਪਰਿਵਾਰ ਬਣ ਗਿਆ ਹੈ ਨਾ, ਬਟ ਕੀ ਇਹ ਤੁਹਾਡਾ ਆਪਸ ਦੇ ਵਿੱਚ ਇੱਕ ਪ੍ਰੋਮਿਸਿੰਗ ਫੈਕਟਰ ਹੋ ਗਿਆ ਕਿ ਤੁਸੀਂ ਇਕੱਠੇ ਕੰਮ ਕਰਨਾ, ਬਾਹਰੋਂ ਆਫਰਸ ਆਉਂਦੇ ਨੇ ਨਹੀਂ ਆਉਂਦੇ, ਜਾਂ ਤੁਸੀਂ ਇਹ ਕੀ ਉਹਨੂੰ ਮਿਥ ਲੈ ਕੇ ਹੁਣ ਟਾਰਗੇਟ ਕਰਕੇ ਫੋਕਸ ਤੁਰ ਪਏ ਹੋ? ਨਹੀਂ, ਐਸੀ ਤਾਂ ਕੋਈ ਗੱਲ ਨਹੀਂ, ਇੱਦਾਂ ਹੁਣ ਇੱਦਾਂ ਹਰਦੀਪ ਬਾਈ ਨੇ ਬਾਹਰ ਕੀਤੀਆਂ ਨੇ ਮੂਵੀਜ਼, ਬਟ ਉਹੀ ਹੈ ਵੀ ਉਹ ਕੰਟੈਂਟ ਸਿਲੈਕਟ ਕਰਕੇ ਜੀ, ਅਤੇ ਮੈਨੂੰ ਵੀ ਹੁਣ ਜਿਵੇਂ ਆਪਣਾ ਜੋ ਦੌਰ ਚੱਲਿਆ ਸੀ ਆਹੀ ਜਿਹੜਾ ਵੀ UK ਸ਼ੂਟ ਕਰਨਾ, UK ਸ਼ੂਟ ਕਰਨਾ ਔਫਰ ਆਏ ਸੀ, ਬਟ ਉਹੀ ਗੱਲ ਆ ਵੀ ਉਹ ਉਹਦੇ 'ਚ ਸਿਰਫ UK ਮੇਨ ਹੁੰਦਾ ਸੀ, ਉਹਦੇ 'ਚ ਜਦੋਂ ਪੁੱਛਣਾ ਵੀ ਸਟੋਰੀ ਕੀ ਆ, ਸਟੋਰੀ ਕਹਿੰਦੇ ਜੀ ਕੋਈ ਨਹੀਂ ਲਿਖ ਲਵਾਂਗੇ ਤਾਂ ਆਪਾਂ UK ਸ਼ੂਟ ਕਰਨਾ ਬਸ, ਅਤੇ ਬਸ ਉਹ ਚੱਕਰਾਂ ਕਰਕੇ ਮੇਰਾ ਨਹੀਂ ਬਣਿਆ ਹੈਗਾ ਕਦੇ ਨਾ ਬਾਹਰ ਕਰਨ ਦਾ, ਅਤੇ ਇਹ ਚਲੋ ਸਾਈਡ ਬਾਈ ਸਾਈਡ ਸਾਡੀ ਡਿਸਕਸ਼ਨ ਚੱਲਦੀ ਹੁੰਦੀ ਸੀ ਇਹ ਕੋਨਸੈਪਟ 'ਤੇ, ਅਤੇ ਚਲੋ ਇਹਨਾਂ ਨੂੰ ਜਿਹੜੇ ਜੋ ਰੋਲ ਔਫਰ ਹੋਏ ਸੀ ਬਾਹਰੋਂ ਇਹਨਾਂ ਨੇ ਕੀਤੇ, ਅਤੇ ਬਸ ਉਹੀ ਗੱਲ ਆ ਵੀ ਮੇਰਾ ਫੋਕਸ ਤਾਂ ਇਹ ਮੂਵੀ 'ਤੇ ਹੀ ਸੀਗਾ ਜੀ। ਰਾਈਟ, ਅਸੀਂ ਹਰਦੀਪ ਵੀਰ ਨੂੰ ਮੈਂ ਪੁੱਛ ਰਹੀ ਸੀ, ਮੈਂ ਕਿਹਾ ਲਾਸਟ ਟਾਈਮ ਤੁਹਾਡਾ ਟਰਾਂਸਫੋਰਮੇਸ਼ਨ ਦੇਖਣ ਨੂੰ ਮਿਲਿਆ ਸੀ ਕਿਸੇ 'ਚ ਫਿਜ਼ੀਕਲੀ, ਕਿਸੇ 'ਚ ਮੈਂਟਲੀ, ਇਹਦੇ ਵਿੱਚ ਕਿਆ ਕਹਿੰਦੇ ਇਹ 'ਚ ਮੈਂ ਪੱਗ ਬੰਨ ਰਿਹਾ ਹੈ ਨਾ, ਤਾਂ ਉਹ ਮੈਨੂੰ ਲੱਗਦਾ ਆਪਣੇ ਆਪ ਦੇ ਵਿੱਚ ਇੱਕ ਬਹੁਤ ਰੋਬ ਵਾਲੀ ਬੜੀ ਮਾਣ ਵਾਲੀ ਗੱਲ ਹੁੰਦੀ ਹੈ। ਸੋ ਜਦੋਂ ਉਹ ਚੀਜ਼ ਡਿਫਾਈਨ ਕੀਤੀ ਗਈ ਸੀ ਐਂਡ ਜਦੋਂ ਉਹ ਉਸ ਅਵਤਾਰ ਦੇ ਵਿੱਚ ਆਏ ਹੈ ਨਾ ਪੱਗ ਬੰਨ ਕੇ, ਬਈ ਤੁਹਾਡਾ ਆਈ ਮੀਨ ਕੀ ਰਿਐਕਸ਼ਨ ਸੀ ਐਂਡ ਤੁਸੀਂ ਇਸ ਚੀਜ਼ ਨੂੰ ਲੈ ਕੇ ਕਿੰਨਾ ਕੁ ਵਧਾਵਾ ਦੇਣਾ ਪਸੰਦ ਕਰਦੇ ਹੋ? ਉਹੀ ਆ ਵੀ ਬਾਕੀ ਫਿਲਮਾਂ ਦੇ ਵਿੱਚ ਚਲੋ ਫਿਜ਼ੀਕਲ ਟਰਾਂਸਫੋਰਮੇਸ਼ਨ ਸੀ, ਇਹਦੇ ਵਿੱਚ ਚਲੋ ਕਰੈਕਟਰ ਲੋਕਾਂ ਟਰਾਂਸਫੋਰਮੇਸ਼ਨ ਨਹੀਂ ਹੈਗੀ, ਬਟ ਜਦੋਂ ਸਟੋਰੀ ਦੇ ਵਿੱਚ ਜਦੋਂ ਕਰੈਕਟਰ ਇਹ ਲਿਖਿਆ ਜਾ ਰਿਹਾ ਸੀ ਉਹ ਮਤਲਬ ਇੱਦਾਂ ਹੀ ਸਾਡਾ ਉਹ ਜਦੋਂ ਹੁੰਦਾ ਨਹੀਂ ਵੀ ਆ ਇੱਦਾਂ ਕਰੈਕਟਰ ਹੈ, ਅਤੇ ਮੇਰੇ ਦਿਮਾਗ ਦੇ ਵਿੱਚ ਆਇਆ ਵੀ ਇਹਦੇ ਵਿੱਚ ਨਾ ਮਤਲਬ ਪਤਾ ਨਹੀਂ ਜਿਵੇਂ ਕਿਉਂ ਮੈਨੂੰ, ਮੈਂ ਕਿਹਾ ਕਰੈਕਟਰ ਇਹ ਇਮੈਜਿਨ ਹੋ ਰਿਹਾ ਸਰਦਾਰ, ਅਤੇ ਸੇਮ ਥੋਟ ਉਹੀ ਹੈ, ਕਹਿੰਦਾ ਮੈਂ ਵੀ ਸੋਚਦਾ ਸੀਗਾ ਵੀ ਹਾਂ ਇਸ ਵਾਰ ਪੱਗ ਬੰਨਦੇ ਹਾਂ, ਉਹ ਸਾਡੇ ਕਈ ਵਾਰ ਇੱਦਾਂ ਹੁੰਦਾ ਵੀ ਸਾਡੇ ਥੋਟ ਜਿਹੜੇ ਹੁੰਦੇ ਨੇ ਮੈਚ ਕਰਦੇ ਨੇ, ਉਹ ਮੈਚ ਕਰ ਜਾਂਦੇ ਆ, ਟੈਲੀਪੈਥੀ ਜਿਹਨੂੰ ਕਹਿ ਦਿੰਦੇ ਆ। ਤਾਂ ਹੀ ਮੈਨੂੰ ਲੱਗਦਾ ਕਿ ਅੱਛਾ ਨਿਕਲ ਕੇ ਰਿਜ਼ਲਟ ਹਮੇਸ਼ਾ ਵੇਖਣ ਨੂੰ ਮਿਲਦਾ ਹੈ ਨਾ। ਅੱਛਾ, ਪਿਛਲੀ ਵਾਰ ਕਹਿੰਦੇ ਵੀ ਵੇਟ ਵਧਾਉਣ ਕਰਕੇ ਸਾਰਾ ਕੁਝ ਖਾਂਦੇ ਪੀਂਦੇ ਸੀਗੇ, ਨਾਲ ਤੁਹਾਨੂੰ ਵੀ ਖਾਣਾ ਪੀਣਾ ਪੈਂਦਾ ਸੀ, ਜਦੋਂ ਜਿਮ ਜਾਣਾ ਸ਼ੁਰੂ ਕੀਤਾ ਫਿਰ ਤੁਹਾਡਾ ਵੀ ਸਿਸਟਮ ਸੇਮ ਹੋ ਗਿਆ, ਤੇ ਹੁਣ ਇਹ ਸਿਲਸਿਲਾ ਮੈਨੂੰ ਮੈਚ ਨਹੀਂ ਲੱਗ ਰਿਹਾ ਵੀਰੇ ਤੁਹਾਡਾ, ਤਾਂ ਮੈਨੂੰ ਅੱਛਾ ਖਾਸਾ ਲੱਗ ਰਿਹਾ ਵੀ ਭਾਰ ਘਟਿਆ ਹੋਇਆ। ਨਹੀਂ, ਮੈਨੂੰ ਲੱਗਦਾ ਮੇਰਾ ਵਧਿਆ ਹੋਇਆ ਵੈਸੇ, ਬਾਕੀ ਉਹ ਜਿਹੜਾ ਆਪਾਂ ਸਰਦੀਆਂ ਦੇ ਕੱਪੜੇ ਨੂੰ ਥੋੜਾ ਬਲਕੀ ਲੁੱਕ ਜ਼ਿਆਦਾ ਦਿੰਦੇ ਆ। ਅੱਛਾ, ਹਾਂ, ਤੇ ਉਹ ਤੁਹਾਨੂੰ ਲੂਜ਼ ਕੱਪੜੇ ਮਤਲਬ ਪਾਏ ਹੋਏ ਲੱਗਣ ਕਰਕੇ ਲੱਗਦਾ ਹੋਣਾ ਵੀ ਅੰਦਰੋਂ ਮੇਰਾ ਭਾਰ ਘਟਿਆ ਹੋਇਆ, ਬਟ ਐਕਚੁਅਲ 'ਚ ਹੈ ਨਹੀਂ, ਮੇਰਾ ਵਧਿਆ ਹੋਇਆ ਵੈਸੇ ਭਾਰ, ਤੇ ਉਦੋਂ ਠੀਕ ਆ ਉਦੋਂ ਆਏ ਸੀਗਾ ਬਸ ਕਰੇਜ਼ ਵੀ ਚਲੋ ਜਿਵੇਂ ਹੁੰਦਾ ਨਹੀਂ ਵੀ ਜੇ ਭਾਰ ਵਧਾਉਣਾ ਏ ਤਾਂ ਇੱਕ ਸਾਥ ਚਾਹੀਦਾ ਸੀ ਉਹਨਾਂ ਨੂੰ, ਅਤੇ ਮੈਂ ਕਿਹਾ ਚਲੋ ਠੀਕ ਆ ਜਿੰਨਾ ਮੇਰੇ ਤੋਂ ਖਾ ਹੋ ਸਕਿਆ ਮੈਂ ਖਾਊਂਗਾ, ਵੀ ਚਲੋ ਜੇ ਮੇਰਾ ਵੱਧ ਗਿਆ ਘਟਾਉਣ ਵਾਲੇ 'ਚ ਮੈਂ ਤੁਹਾਡੇ ਨਾਲ ਆ ਜੀ, ਉਹ ਸਾਡਾ ਫਿਰ ਦੋਨਾਂ ਦਾ ਇਕੱਠਿਆਂ ਦਾ ਹੋਇਆ। ਓਕੇ ਭਾਅ ਜੀ, ਜਦੋਂ ਤੁਸੀਂ ਪਿੰਡ 'ਚ ਸ਼ੂਟ ਕਰਦੇ ਹੋ, ਅਸੀਂ ਕਹਿੰਦੇ ਵੀ ਸ਼ਹਿਰਾਂ 'ਚ ਸਹੂਲਤਾਂ ਬਹੁਤ ਹੁੰਦੀਆਂ ਨੇ, ਟੈਕਨੀਕਲੀ ਵੀ ਅਸੀਂ ਬਹੁਤ ਜ਼ਿਆਦਾ ਅੱਗੇ ਵੱਧ ਗਏ, ਪਰ ਪਿੰਡ 'ਚ ਸ਼ੂਟ ਕਰਨ ਦੇ 3 ਵੱਡੇ ਫਾਇਦੇ ਤੁਸੀਂ ਕੀ ਮਹਿਸੂਸ ਕਰਦੇ ਹੋ? ਪਿੰਡ 'ਚ ਸਭ ਤੋਂ ਪਹਿਲਾਂ ਤਾਂ ਉਹੀ ਗੱਲ ਹੈ ਵੀ ਜਿੱਥੇ ਚਲੋ ਸ਼ੂਟ ਕਰਨਾ ਉਹ ਤਾਂ ਹੈਗਾ ਹੀ ਹੈਗਾ, ਬਾਕੀ ਪਿੰਡ ਦਾ ਆਂਢ ਗੁਆਂਢ ਜਿਹੜਾ ਬਾਕੀ ਪਿੰਡ ਆ ਉਹ ਵੀ ਸਾਥ ਦਿੰਦਾ, ਜੇ ਮਤਲਬ
ਕੋਈ ਐਮਰਜੈਂਸੀ ਜਾਂ ਕੋਈ ਇੱਕ ਰਿਕੁਆਇਰਮੈਂਟ ਕੋਈ ਹੈ ਨਾ ਚੀਜ਼ ਦੀ ਪੈ ਗਈ, ਜੇ ਮਤਲਬ ਜਿਹੜੀ ਪ੍ਰੋਡਕਸ਼ਨ ਨੇ ਜਾਂ ਲਿਆਂਦੀ ਹੋਈ ਸੀ ਉਹ ਕੋਈ ਡੈਮੇਜ ਹੋ ਗਈ ਜਾਂ ਕੁਛ ਵੀ ਆ ਤਾਂ ਉਹਦਾ ਅਲਟਰਨੇਟ ਲੈਣਾ ਤਾਂ ਇੱਥੋਂ ਆਮ ਆਪਾਂ ਨੂੰ ਘਰਾਂ ਦੇ ਵਿੱਚ ਮਿਲ ਜਾਂਦਾ ਈਜ਼ੀਲੀ, ਕੋਈ ਜਵਾਬ ਨਹੀਂ ਦਿੰਦਾ ਅਤੇ ਮਤਲਬ ਵਧੀਆ ਸਾਥ ਦਿੰਦੇ ਆ ਪਿੰਡ ਵਾਲੇ। ਓਕੇ, ਮੈਂਡੀ ਔਰ ਹਰਦੀਪ ਵੀਰੇ ਦੀ ਜੋੜੀ ਬਿਲਕੁਲ ਨਿਊ ਟੂ ਸਕਰੀਨ ਹੈ ਨਾ, ਅਸੀਂ ਦੇਖਾਂਗੇ ਅੱਛਾ ਲੱਗੇਗਾ, ਬਟ ਵਾਈ ਮੈਂਡੀ? ਮੈਂਡੀ ਦੀ ਕਿਹੜੀਆਂ ਕੁਆਲਿਟੀ ਸੀ ਜਿਹੜੀ ਤੁਹਾਨੂੰ ਲੱਗਿਆ ਕਿ ਮੈਂਡੀ ਇਸ ਕਰੈਕਟਰ ਦੇ ਲਈ ਹੀ ਨਹੀਂ ਬਲਕਿ ਹਰਦੀਪ ਦੇ ਓਪੋਜ਼ਿਟ ਖੜਨ ਲਈ ਵੀ ਪਰਫੈਕਟ ਹੈ? ਇੱਕ ਤਾਂ ਦੇਖੋ ਇਹ ਜਿਹੜੀ ਸਟੋਰੀ ਆ ਵੂਮਨ ਸੈਂਟ੍ਰਿਕ ਹੈ, ਜਿਹਨੂੰ ਆਪਾਂ ਇੱਕ ਸ਼ਬਦਾਂ ਦੇ ਵਿੱਚ ਕਲੀਅਰ ਕਰ ਦਈਏ ਵੀ ਵੂਮਨ ਸੈਂਟ੍ਰਿਕ ਹੈ। ਅਤੇ ਦੂਜੇ ਅਸੀਂ ਦੋ ਤਿੰਨ ਆਰਟਿਸਟ ਸ਼ਾਰਟਲਿਸਟ ਕੀਤੇ ਸੀ ਅਤੇ ਉਹਨਾਂ ਵਿੱਚੋਂ ਮੈਂਡੀ ਜੀ ਵੀ ਇੱਕ ਸੀ। ਜਦੋਂ ਸਟੋਰੀ ਜਿਵੇਂ ਇੱਕ ਦੋ ਜਿਹੜੇ ਸੀਗੇ ਆਰਟਿਸਟ ਉਹਨਾਂ ਨਾਲ ਮਤਲਬ ਥੋੜ੍ਹਾ ਡੇਟ ਦਾ ਚੱਲ ਰਿਹਾ ਸੀ ਚੱਕਰ, ਫਿਰ ਉਹਨਾਂ 'ਚੋਂ ਜਦੋਂ ਫਿਰ ਅਸੀਂ ਮੈਂਡੀ ਜੀ ਨੂੰ ਗੱਲ ਇਹਨਾਂ ਨੂੰ ਨਰੇਸ਼ਨ ਦਿੱਤੀ ਅਤੇ ਇਹਨਾਂ ਨੇ ਓਕੇ ਕੀਤਾ। ਸਾਡੇ ਵੱਲੋਂ ਤਾਂ ਕਿਉਂਕਿ ਸਾਨੂੰ ਜਿੱਦਾਂ ਦਾ ਕਰੈਕਟਰ ਚਾਹੀਦਾ ਹੈ ਉਹਦੇ ਵੱਲੋਂ ਸਾਨੂੰ ਤਾਂ ਕਲੀਅਰ ਸੀ, ਮੁੜ ਕੇ ਤਾਂ ਇਹ ਹੈ ਵੀ ਜਿਨ੍ਹਾਂ ਨੇ ਪਲੇ ਕਰਨਾ ਵੀ ਉਹ ਚੀਜ਼ ਨਾਲ ਐਗਰੀ ਕਰਦੇ ਨੇ ਅਤੇ ਉਹਨਾਂ ਨੇ ਪੂਰਾ ਸਾਨੂੰ ਮਤਲਬ ਦਿਖਾਇਆ ਕਿ ਹਾਂ ਵੀ ਚਲੋ ਜਿੱਦਾਂ ਕਹੋਗੇ ਅਸੀਂ ਕਰ ਲਵਾਂਗੇ। ਉਹਨਾਂ ਨੂੰ ਸਟੋਰੀ ਇੰਨੀ ਜ਼ਿਆਦਾ ਪਸੰਦ ਆਈ। ਰਾਈਟ, ਹੁਣ ਜਦੋਂ ਸ਼ੂਟ ਕਰ ਰਹੇ ਹੋ ਤੁਸੀਂ ਹੈ ਨਾ, ਹੁਣ ਕਿਸ ਤਰੀਕੇ ਦੇ ਬੌਂਡ ਅਤੇ ਕੈਮਿਸਟਰੀ ਔਰ ਅੰਡਰਸਟੈਂਡਿੰਗ ਆਪਸ ਦੇ ਵਿੱਚ ਬਣ ਚੁੱਕੀ ਕਿਉਂਕਿ ਕੈਪਟਨ ਆਫ ਦਾ ਸ਼ਿਪ ਹੁੰਦਾ ਡਾਇਰੈਕਟ, ਬਟ ਕੰਪੈਟੇਬਿਲਿਟੀ ਦੇ ਹਿਸਾਬ ਦੇ ਨਾਲ ਹੀ ਜਿਹੜੀ ਚੀਜ਼ਾਂ ਨੇ ਉਹ ਮੁਕੰਮਲ ਹੁੰਦੀਆਂ ਨੇ? ਹਾਂਜੀ ਹਾਂਜੀ ਹਾਂਜੀ, ਮੈਨੂੰ ਵੀ ਪਹਿਲੀ ਵਾਰ ਆਏ ਸੀ ਨਾ ਜਿਵੇਂ ਹੁਣ ਮੈਂਡੀ ਜੀ ਮਤਲਬ ਮੇਰੇ ਤੋਂ ਤਾਂ ਸੀਨੀਅਰ ਹੀ ਨੇ ਇਸ ਲਾਈਨ ਦੇ ਵਿੱਚ ਅਤੇ ਮੈਨੂੰ ਵੀ ਇਹ ਲੱਗਦਾ ਸੀ ਵੀ ਪਤਾ ਨਹੀਂ ਕਿੱਦਾਂ ਹੈ ਨਾ ਕੀ ਹੋਊਗਾ, ਬਟ ਉਹ ਇੰਨਾ ਕੁ ਜ਼ਿਆਦਾ ਈਜ਼ੀ ਹੁੰਦਾ ਨਾ ਮਾਹੌਲ ਅਤੇ ਉਹ ਮੈਨੂੰ ਐਂ ਲੱਗਦਾ ਹੀ ਨਹੀਂ ਹੈਗਾ ਵੀ ਮੈਂ ਉਹਨਾਂ ਨਾਲ ਪਹਿਲੀ ਵਾਰ ਕੰਮ ਕਰ ਰਹੀ ਹਾਂ, ਇੰਨਾ ਕੁ ਰਿਲੈਕਸ ਮਾਹੌਲ ਜਿਹੜਾ ਬਣਿਆ ਹੋਇਆ। ਅਤੇ ਚਲੋ ਇਹਦਾ 'ਚ ਹਰਦੀਪ ਬਾਈ ਨਾਲ ਤਾਂ ਚਲੋ ਹੈਗਾ ਹੀ ਆ, ਅਸੀਂ ਕੰਫਰਟੇਬਲ ਹਾਂ, ਬਟ ਉਹੀ ਆ ਵੀ ਇਹਦੇ ਵਿੱਚ ਹਰਦੀਪ ਬਾਈ ਨਾਲ ਤਾਂ ਸੀਨੇ ਬਹੁਤ ਘੱਟ ਨੇ ਅਤੇ ਉਹ ਜਿਹੜਾ ਸ਼ੂਟ ਕਰ ਰਹੇ ਹਾਂ ਮਤਲਬ ਅੱਜ ਚੌਥਾ ਦਿਨ ਆ ਅਤੇ ਆ ਪੰਜ ਛੇ ਦਿਨ ਦੇ ਸ਼ੂਟ ਤੋਂ ਬਾਅਦ ਹਰਦੀਪ ਬਾਈ ਦਾ ਜਿਹੜਾ ਪਾਰਟ ਆ ਸ਼ੁਰੂ ਹੋਣਾ। ਓਕੇ, ਸੋ ਲਾਸਟ ਐਂਡ ਲਈ ਸਵਾਲ ਕਿ ਪੰਜਾਬ ਦੇ ਜਿਸ ਕੋਨਸੈਪਟ ਨੂੰ ਤੁਸੀਂ ਟੱਚ ਕਰਨ ਵਾਲੇ ਹੋ ਬਾਈ, ਇਹ ਪਹਿਲੇ ਵੀ ਕੀਤੇ ਗਏ ਆ ਬਟ ਉਸਦੇ ਵਿੱਚ ਕੌਮਿਕ ਫੈਕਟਰ ਵਾੜਨ ਦੀ ਕੋਸ਼ਿਸ਼ ਕੀਤੀ ਗਈ ਹੈ, ਬਟ ਮੈਨੂੰ ਲੱਗਦਾ ਬਹੁਤ ਸੰਜੀਦਗੀ ਦੇ ਨਾਲ ਦਿਖਾਉਣ ਵਾਲੇ ਵੀ ਇਹਦੇ ਬੜੇ ਸਾਰੇ ਪੱਖ ਨੇ ਜੋ ਤੁਹਾਡੀ ਫਿਲਮ ਦੇ ਵਿੱਚ ਅਸੀਂ ਵੇਖਾਂਗੇ। ਸੋ ਪੰਜਾਬ ਨੂੰ ਲੈ ਕੇ ਜਾਂ ਬਾਹਰ ਜਾਣ ਦਾ ਕਰੇਜ਼ ਜਿਹੜਾ ਬੱਚਿਆਂ ਦੇ ਵਿੱਚ ਹੈ, ਜਿਸ ਦੇ ਵਿੱਚ ਬੜੀਆਂ ਜਾਨਾਂ ਵੀ ਜਾਂਦੀਆਂ ਨੇ ਭਾਵੇਂ ਬਾਹਰ ਜਾ ਕੇ ਭਾਵੇਂ ਇੱਥੇ, ਬਹੁਤ ਕੁਛ ਹੈ, ਸੋ ਤੁਸੀਂ ਇੱਕ ਜ਼ਿੰਮੇਵਾਰ ਡਾਇਰੈਕਟਰ ਹੋਣ ਖਾਤਰ ਜਾਂ ਪੰਜਾਬ ਦੇ ਨਾਗਰਿਕ ਹੋਣ ਖਾਤਰ ਕੀ ਕਹਿਣਾ ਚਾਹੋਗੇ? ਜਿਹੜਾ ਇਹ ਮਤਲਬ ਜਿਹੜਾ ਮੁੱਦਾ ਇਹ ਆਇਲਸ ਵਾਲਾ ਜਾਂ ਬਾਹਰ ਜਾਣ ਵਾਲਾ ਹੈ, ਦੇਖੋ ਇਹੀ ਹੈ ਵੀ ਇਹ ਟ੍ਰੈਜਿਕ ਹੈ। ਹੁਣ ਇਹਨੂੰ ਦਿਖਾਉਣਾ ਕਿਵੇਂ, ਹੁਣ ਇੱਕ ਚੀਜ਼ ਹੁੰਦੀ ਹੈ ਜਿਵੇਂ ਹੁਣ ਸਕੂਲ ਦੇ ਵਿੱਚ ਨਹੀਂ ਸੀ ਹੁੰਦਾ ਵੀ ਜਦੋਂ ਡਰਾਇੰਗ ਦੀ ਕਲਾਸ ਹੁੰਦੀ ਸੀ ਵੀ ਇੱਕ ਕੋਈ ਚੀਜ਼ ਰੱਖ ਦੇਣੀ ਆ, ਮਤਲਬ ਕੋਈ ਓਬਜੈਕਟ ਰੱਖਤਾ ਉਹਨੂੰ ਬਾਕੀ ਸਰਕਲ ਦੇ ਵਿੱਚ ਬੈਠੇ ਸਾਰੇ ਸਟੂਡੈਂਟ ਆਪਣੇ ਆਪਣੇ ਐਂਗਲ ਨਾਲ ਦੇਖਦੇ ਸੀ, ਸੇਮ ਹੈ ਉੱਦਾਂ ਦੀ ਚੀਜ਼ ਹੈ ਵੀ ਉਹ ਜਿਹੜਾ ਆਇਲਸ ਵਾਲਾ ਜੋ ਹੈਗਾ ਨਾ ਇਹ ਆਪਣਾ ਟ੍ਰੈਜਿਕ ਜਿਹੜੀ ਇਹ ਇੱਕ ਸਿਚੁਏਸ਼ਨ ਹੈ, ਇਹਨੂੰ ਹਰੇਕ ਬੰਦਾ ਆਪਣੇ ਆਪਣੇ ਨਜ਼ਰੀਏ ਨਾਲ ਦੇਖਦਾ, ਕੌਮਿਕ ਕਰ ਲਿਆ ਸਾਰਿਆਂ ਨੇ ਹੈ ਨਾ ਕਰ ਲਿਆ, ਬਟ ਉਹੀ ਹੈ ਵੀ ਜਿਹੜਾ ਅਸੀਂ ਇਸ ਨੂੰ ਦੇਖਦੇ ਹਾਂ ਇਹਨੂੰ ਬੜਾ ਆਪਾਂ ਕਹਿ ਦਈਏ ਵੀ ਇੱਕ ਜਿਹੜਾ ਪੱਖ ਅਸਲ ਦੇ ਵਿੱਚ ਜੋ ਚੱਲ ਰਿਹਾ ਪੰਜਾਬ ਜਾਂ ਪੰਜਾਬ ਦੇ ਜਿਹੜੀ ਜਵਾਨੀ ਚੱਲ ਰਹੀ ਆ ਇਹ ਉਹ ਪਾਰਟ ਆ, ਮਤਲਬ ਉਹ ਪੱਖ ਤੋਂ ਅਸੀਂ ਇਹਨੂੰ ਲੈ ਕੇ ਚੱਲ ਰਹੇ ਹਾਂ, ਮਤਲਬ ਇਹ 'ਚ ਕੌਮਿਕ ਵਗੈਰਾ ਇੱਦਾਂ ਦਾ ਕੁਛ ਨਹੀਂ ਹੈਗਾ। ਬਿਲਕੁਲ ਅੱਛੀ ਗੱਲ ਹੈ ਕਿਉਂਕਿ ਹਰ ਪੱਖ ਦਿਖਾਉਣਾ ਚਾਹੀਦਾ। ਪੰਜਾਬੀ ਸਿਨੇਮਾ ਬੜਾ ਗਰੋਥ ਕਰ ਰਿਹਾ ਪਰ ਜਿਹੜੇ ਵਿੱਚ ਕੰਮ ਕਰ ਰਿਹਾ ਉਹਨਾਂ ਨੂੰ ਜ਼ਿਆਦਾ ਪਤਾ ਕਿ ਕਿਹੜੀਆਂ ਕਮੀਆਂ ਹਜੇ ਵੀ ਹੈਗੀਆਂ ਨੇ, ਸੋ ਕਿਹੜੀਆਂ 3 ਕਮੀਆਂ ਨੇ ਜਿਹੜੀਆਂ ਟੈਕਨੀਕਲ ਪੱਖੋਂ ਤੁਸੀਂ ਆਪਸ 'ਚ ਡਿਸਕਸ ਕਰਦੇ ਹੋ, ਤੁਹਾਨੂੰ ਲੱਗਦਾ ਕਿ ਹੈਗੀਆਂ ਨੇ ਬਟ ਅਸੀਂ ਇੰਪਰੂਵ ਕਰਨ ਦੀ ਕੋਸ਼ਿਸ਼ ਕਰਾਂਗੇ ਜਾਂ ਹੋਣੀਆਂ ਚਾਹੀਦੀਆਂ ਨੇ? ਨਹੀਂ ਦੇਖੋ ਕਾਫੀ ਹੱਦ ਤੱਕ ਤਾਂ ਹੁਣ ਆਪਣੇ ਇੰਪਰੂਵਮੈਂਟ ਕਾਫੀ ਜ਼ਿਆਦਾ ਹੋ ਰਹੀ ਆ ਅਤੇ ਕਈ ਜਿਹੜੀਆਂ ਚਲੋ ਦਿੱਕਤਾਂ ਆਉਂਦੀਆਂ ਨੇ, ਇੱਕ ਤਾਂ ਪਹਿਲਾਂ ਤਾਂ ਉਹੀ ਆ ਵੀ ਆਪਣਾ ਪੰਜਾਬੀ ਇੰਡਸਟਰੀ ਦੇ ਵਿੱਚ ਕੰਟੈਂਟ ਦੀ ਕਮੀ ਤਾਂ ਹੈਗੀ ਓ ਹੈਗੀ ਆ,
ਹੁਣ ਤੱਕ ਠੀਕ ਹੈ। ਚਲੋ ਜਦੋਂ ਕੌਮੇਡੀ ਫਿਲਮਾਂ ਚੱਲਦੀਆਂ ਸੀ ਵਧੀਆ, ਮਤਲਬ ਬਿਜ਼ਨਸ ਵੀ ਕਰਦੀਆਂ ਸੀ, ਉਹੀ ਹੈ ਵੀ ਉਹ ਆਡੀਅੰਸ ਦੀ ਡਿਮਾਂਡ ਸੀਗੀ। ਹੁਣ ਉਹ ਆਡੀਅੰਸ ਦਾ ਟੇਸਟ ਚੇਂਜ ਹੁੰਦਾ ਜਾਂਦਾ ਅਤੇ ਉਸ ਹਿਸਾਬ ਨਾਲ ਆਪਣੇ ਕੋਲ ਕੰਟੈਂਟ ਦੀ ਕਮੀ ਸੀ। ਹੁਣ ਇੱਕ ਦੋ ਪਿੱਛੇ ਜਿਹੜੀਆਂ ਫਿਲਮਾਂ ਸੁਪਰ ਡੁਪਰ ਹਿੱਟ ਹੋਈਆਂ ਜਿਨ੍ਹਾਂ 'ਚੋਂ ਮਸਤਾਨੇ ਹੋ ਗਈ ਹੈ ਨਾ, ਅਤੇ ਉਹ ਇੱਕ ਉਹਨੂੰ ਵਧੀਆ ਰਿਸਪੋਂਸ ਮਿਲਿਆ, ਅਤੇ ਉਹੀ ਆ ਵੀ ਉਹ ਚੀਜ਼ ਨਾਲ ਕੀ ਆ, ਉਹ ਇੱਕ ਜਿਹੜੀ ਅਲੱਗ ਲੀ ਆ ਜਾਂ ਉਹ ਲਾਈਨ ਹੈ ਉਹਦੇ ਲਈ ਰਸਤਾ ਖੁੱਲ੍ਹ ਗਿਆ। ਇੱਕ ਰੈਵੋਲਿਊਸ਼ਨ ਆ ਹਾਂ। ਅਤੇ ਜਦੋਂ ਅਸੀਂ ਮੋਟੀਵੇਸ਼ਨ ਫਿਲਮ ਲੈ ਕੇ ਆਏ ਸੀ ਪਹਿਲਾਂ ਤੁਣਕਾ ਤੁਣਕਾ, ਉਹ ਵੀ ਪਹਿਲੀ ਸੀ, ਇੱਕ ਉਹ ਵੀ ਇੱਕ ਅਲੱਗ ਰਾਹ ਹੋ ਗਿਆ। ਮਤਲਬ ਉਹ ਕੀ ਆ, ਹੁਣ ਅਲੱਗ ਅਲੱਗ ਜਿਹੜੇ ਹੈਗੇ ਨੇ ਜਿਹੜੇ ਡਾਇਰੈਕਟਰ ਕੰਮ ਕਰਨਾ ਚਾਹੁੰਦੇ ਨੇ, ਹੁਣ ਪੂਰੀ ਖੁੱਲ੍ਹ ਹੈ ਉਹ। ਸਿਰਫ ਵੀ ਜੇ ਮੈਨੂੰ ਲੱਗਦਾ ਦਿੱਕਤ ਹੁਣ ਆਊਗੀ ਅੱਗੇ ਅੱਗੇ, ਉਹ ਸਿਰਫ ਬਜਟ ਵਾਈਜ਼ ਆ ਸਕਦੀ ਆ, ਕਿਉਂਕਿ ਹਜੇ ਆਪਣੀਆਂ ਉਨੇ ਵੱਡੇ ਬਜਟ ਦੀਆਂ ਫਿਲਮਾਂ ਬਣ ਨਹੀਂ ਰਹੀਆਂ। ਪਰ ਮਸਤਾਨੇ ਉਹਨਾਂ 'ਚ ਇੱਕ ਸੀਗੀ, ਅਤੇ ਇੱਕ ਸ਼ਾਇਦ ਮੈਨੂੰ ਲੱਗਦਾ ਗਿੱਪੀ ਬਾਈ ਉਹਨੀ ਕਰ ਰਹੇ ਨੇ ਸ਼ੇਰਾਂ ਦੀ ਕੌਮ ਪੰਜਾਬੀ, ਜੀ 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 ਵਾਕਈ। ਅਤੇ ਉਹ ਵੀ ਉਹਦਾ ਵੀ ਇੱਕ ਬਹੁਤ ਬੇਸਬਰੀ ਨਾਲ ਇੰਤਜ਼ਾਰ ਆ ਸਾਨੂੰ, ਮਤਲਬ ਮੇਰੇ ਖੁਦ ਨੂੰ ਵੀ, ਮੈਂ ਦੇਖਣਾ ਚਾਹੁੰਦਾ ਉਹ ਕਿ ਮਤਲਬ ਖੁਦ ਮੈਂ ਇੱਦਾਂ ਦੀ ਚੀਜ਼ਾਂ ਕਰਨਾ ਚਾਹੁੰਦਾ। ਚਲੋ ਜਦੋਂ ਪਰਮਾਤਮਾ ਮਿਹਰ ਕਰੂਗਾ ਜਾਂ ਮੌਕਾ ਮਿਲੂਗਾ ਜ਼ਰੂਰ ਕਰਾਂਗੇ, ਫਿਲਹਾਲ ਉਹੀ ਹੈ ਵੀ ਜਿਹੜੀ ਡਿਊਟੀ ਲਾਈ ਅਸੀਂ ਬਸ ਉਹ ਕਰੀ ਜਾਂਦੇ। ਮੈਨੂੰ ਲੱਗਦਾ ਬਾਈ ਤੁਸੀਂ ਬਹੁਤ ਹੀ ਪ੍ਰਾਊਡ ਹੋਵੋਗੇ, ਕਿਉਂਕਿ ਬੜੇ ਕਲਾਕਾਰ ਹੁੰਦੇ ਨੇ ਬਾਅਦ 'ਚ ਕਹਿੰਦੇ ਯਾਰ ਉਹ ਪ੍ਰੋਜੈਕਟ ਨਹੀਂ ਸੀ ਕਰਨਾ ਚਾਹੀਦਾ, ਯਾਰ ਉਹ ਕਰਕੇ ਗਲਤੀ ਕੀਤੀ ਆ, ਉਹ ਨਹੀਂ ਸੀਗਾ ਅਪ ਟੂ ਮਾਰਕ, ਹੈ ਨਾ। ਬਟ ਮੈਨੂੰ ਲੱਗਦਾ ਤੁਸੀਂ ਹਮੇਸ਼ਾ ਪ੍ਰਾਊਡ ਹੋਵੋਗੇ ਕਿ ਜਿੰਨਾ ਕੰਮ ਕੀਤਾ ਮਿਹਨਤ ਕੀਤਾ ਅਤੇ ਸੋਹਣਾ ਕੀਤਾ ਅਤੇ ਲੋਕਾਂ ਨੂੰ ਪਸੰਦ ਆਉਣ ਵਾਲਾ ਕੀਤਾ, ਹੈ ਨਾ। ਇਹ ਤਾਂ ਚਲੋ ਉਹੀ ਆ ਵੀ ਜਿਵੇਂ ਹੁਣ ਹਰਦੀਪ ਬਾਈ ਦੇ ਗਾਣੇ ਹੋ ਗਏ ਜਾਂ ਅਸੀਂ ਵੀਡੀਓ ਵੀ ਕਰਦੇ ਸੀ, ਉਦੋਂ ਵੀ ਇਹ ਸੀ ਵੀ ਜਿਹੜਾ ਗਾਣਾ ਕੋਈ ਜੇ ਕਰਨਾ ਮਿਥਕੇ ਜੋ ਕਰਦੇ ਸੀ ਵੀ ਇਹ ਅੱਡ ਕਰਨਾ, ਇਹ ਅੱਡ ਕੀ ਹੋ ਸਕਦਾ, ਸਾਡਾ ਉਹ 'ਤੇ ਜ਼ੋਰ ਲੱਗਿਆ ਹੁੰਦਾ ਸੀ ਵੀ ਜਦੋਂ ਜੇ ਚਲੋ ਗਾਣਾ ਰਿਲੀਜ਼ ਵੀ ਹੋਊਗਾ ਤਾਂ ਉਹ ਅੱਡ ਇੱਕ ਜਿਹੜੀ ਆਡੀਅੰਸ ਹੈਗੀ ਆ ਉਹ ਦੇਖਿਓ ਉਹਨੂੰ। ਬਿਲਕੁਲ, ਅਤੇ ਬਸ ਮੁਕਤੀ ਗੱਲ ਇਹ ਹੈ ਕਿ ਤੁਹਾਨੂੰ ਚੈੱਕ ਮਿਲ ਗਿਆ ਹੁਣ? ਸਾਡਾ ਚੈੱਕ ਚੁੱਕ ਵਾਲਾ ਹਿਸਾਬ ਹੀ ਨਹੀਂ ਹੈਗਾ, ਅੱਛਾ ਕੈਸ਼ ਤਾਂ ਹੀ ਆ, ਬੈਗੀ ਜੈਕਟ ਪਾ ਕੇ ਆਏ ਨੇ, ਥੱਦੀਆਂ ਜਾਣਗੀਆਂ ਹੈ, ਹੋ ਗਿਆ ਕਿ ਚਲੋ ਇਦਾਂ ਵੀ ਹੋਊਗਾ, ਕੋਈ ਨਹੀਂ। ਉਹ ਹਜੇ ਤਾਂ ਦੇਖੋ ਹੀ ਗੱਲ ਆ ਵੀ ਇਹ ਤਾਂ ਪ੍ਰੋਜੈਕਟ ਬਣਾਉਣ ਵਾਲੇ ਧਿਆਨ ਆ, ਹਜੇ ਪੈਸੇ ਕਮਾਉਣ ਵਾਲ ਨਹੀਂ, ਜਦੋਂ ਸਾਰਾ ਬਣ ਕੇ ਰੈਡੀ ਹੋ ਗਿਆ। ਬਹੁਤ ਬਹੁਤ ਭਾਜੀ ਰਹਿਣ ਦੋ, ਇਹ ਤੇ ਤੁਸੀਂ ਇੰਨਾ ਸਿਆਣਾ ਜਿਹਾ ਜਵਾਬ ਦੇਣ ਦੀ ਕੋਸ਼ਿਸ਼ ਕਰ ਰਹੇ ਹੋ ਨਾ ਕਿ ਨਹੀਂ ਫਿਰ। ਅੱਛਾ ਜੇ ਚੱਲ ਗਈ ਫਿਰ ਬਸ, ਫਿਰ ਉਹੀ ਆ ਵੀ ਫਿਰ ਆਪਣੇ ਉਹ ਹੁੰਦੇ ਆ ਵੀ ਡਿਮਾਂਡ ਹੁੰਦੀ ਆ ਵੀ ਹੁਣ ਚਲੋ ਸਾਨੂੰ ਇੰਨਾ। ਅੱਛਾ ਚਲੋ, ਇੰਨਾ ਕੁ ਯਾਰੀ ਦੋਸਤੀ ਚ ਬਣਦਾ ਵੀ ਹੈ ਨਾ, ਸੋ ਕਹਿਣ ਦੀ ਵੈਸੇ ਲੋੜ ਵੀ ਨਹੀਂ ਪੈਂਦੀ, ਉਹ ਚਲੋ ਉਹਨਾਂ ਨੂੰ ਆਪ ਹੀ ਪਤਾ ਹੁੰਦਾ ਨੇ ਵੀ ਜਦੋਂ ਹੌਸਲਾ ਹੀ ਹੋ ਜਾਂਦਾ ਫਿਰ ਸਾਡਾ। ਇਹਨਾਂ ਨੇ ਵੀ ਇੱਦਾਂ ਪੱਤਾ ਹੀ ਸਿੱਟਿਆ ਕਿ ਆਪ ਹੀ ਪਤਾ, ਦੇਖ ਕੇ ਪਤਾ ਲੱਗ। ਹਾਸਾ ਮਜ਼ਾਕ ਹੈ ਭਾਜੀ। ਸੋ ਇਸੇ ਤਰ੍ਹਾਂ ਅੱਛਾ ਕੋਨਸੈਪਟ ਦੀ ਤੁਸੀਂ ਇੱਕ ਇੱਕ ਉਮੀਦ ਦੇ ਚੁੱਕੇ ਹੋ ਆਡੀਅੰਸ ਨੂੰ, ਤੁਸੀਂ ਬੀ ਬੋ ਚੁੱਕੇ ਹੋ ਆਪਣੀਆਂ ਪਿਛਲੇ ਪ੍ਰੋਜੈਕਟਸ ਦੇ ਨਾਲ, ਸੋ ਬਸ ਹੁਣ ਉਹ ਇਸ ਦੀ ਫਸਲ ਜਦੋਂ ਉੱਗੇਗੀ ਉਦੋਂ ਦੇਖਾਂਗੇ, ਐਂਡ ਆਲ ਦਾ ਵੈਰੀ ਬੈਸਟ, ਅਤੇ ਜੋ ਵੀ ਤੁਸੀਂ ਸੋਚ ਕੇ ਤੁਰੇ ਹੋ ਵਾਹਿਗੁਰੂ ਨੂੰ ਭਾਗ ਲਵੇ, ਤੁਹਾਡੀ ਮਿਹਨਤਾਂ ਨੂੰ ਮੁੱਲ ਪਵੇ ਹੋਰ ਜ਼ਿਆਦਾ, ਐਂਡ ਵੱਧਦੇ ਪੈਣ। ਸੋ ਥੈਂਕ ਯੂ ਸੋ ਵੈਰੀ ਮੱਚ, ਹੈਲਦੀ ਵੈਲਦੀ ਰਹੋ, ਲਿੱਸੇ ਹੋ ਗਏ ਥੋੜ੍ਹੇ ਜਿਹੇ ਤਗੜੇ ਹੋਵੋ। ਨਹੀਂ ਮੈਨੂੰ ਲੱਗਦਾ ਮੈਂ ਫਿੱਟ ਹੋਊਂਗਾ ਹੁਣ ਦੁਬਾਰਾ। ਅੱਛਾ, ਮੈਂ ਤਾਂ ਹੀ ਲਿੱਸੇ ਔਰ ਹੈਲਦੀ ਦੇ ਵਿੱਚ ਜਿਹੜਾ ਵਿਚਾਲੇ ਵਾਲਾ ਮੇਲ ਹੁੰਦਾ ਫਿੱਟ, ਉਹ ਹੋਣਾ ਬਸ। ਮੈਂ ਉਹਦੀ ਗੱਲ ਕੀਤੀ ਹਾਂ, ਕਿਉਂਕਿ ਛੂਟ ਦਾ ਖਾਣਾ ਇਹ ਕਰਦਾ ਖਰਾਬ, ਇਹ ਉਹ ਵੀ ਨਾਲੇ ਪਿੰਡਾਂ 'ਚ, ਹੈ ਨਾ। ਅਤੇ ਮੈਨੂੰ ਲੱਗਦਾ ਕਿ ਹੁਣ ਜਦੋਂ ਅਸੀਂ ਪ੍ਰੋਮੋਸ਼ਨਲ ਇੰਟਰਵਿਊਜ਼ 'ਤੇ ਮਿਲਾਂਗੇ ਫਿਰ ਤੁਸੀਂ ਫਿੱਟ ਹੋਵੋਗੇ। ਹਾਂ, ਉਦੋਂ ਸਰ ਮੈਂ ਫਿੱਟ ਮਿਲੂੰਗਾ। ਚਲੋ, ਆਲ ਦਾ ਵੈਰੀ ਬੈਸਟ, ਥੈਂਕ ਯੂ ਸੋ ਮੱਚ, ਐਂਡ ਤੁਹਾਡਾ ਸਾਰਿਆਂ ਦਾ ਵੀ ਬਹੁਤ ਸ਼ੁਕਰੀਆ। ਅੱਛੀ ਕਲਾ ਅਤੇ ਅੱਛੇ ਕਲਾਕਾਰਾਂ ਨੂੰ, ਅੱਛੇ ਕੋਨਸੈਪਟਸ ਨੂੰ ਤੁਹਾਡੇ ਪਿਆਰ ਸਾਹਿਬ ਦੀ ਬਹੁਤ ਜ਼ਰੂਰਤ ਹੈ, ਸਾਡਾ ਪੰਜਾਬੀ ਸਿਨੇਮਾ ਵਾਕਈ ਦੇ ਵਿੱਚ ਗਰੋਥ ਕਰੇਗਾ ਉਦੋਂ। ਐਂਡ ਫਿਲਹਾਲ ਦੇ ਲਈ ਸਾਨੂੰ ਦੇ ਇਜਾਜ਼ਤ, ਆਪਣਾ ਅਤੇ ਆਪਣਾ ਦਾ ਰੱਖੋ ਖਿਆਲ, ਸਤਿ ਸ਼੍ਰੀ ਅਕਾਲ।